बिस्मिल्लाह रहमान रहीम, अस्सलाम वालेकुम। सारे दुआ के साथ भैन भीन अल्लाह तारा खुश रखे, शाद आबाद रखे। इसे दुआ नाल करते हैं अज की वीडियो शुरू करने तो पहले छोटी गुजारिश की भैन भीन ने मेरा चैनल आज से भी सबसक्राइब नहीं किया, मेरे चैनल आज से भी सबसक्राइब कर लो तो बैल का बटन लाजमी प्रेस कर लो ताकि मेरी आने वाली हर वीडियो तेरे तक बार वक्त पहुँच जाए। करते हैं जी अज की वीडियो शुरू। अज माशाल्लाह चार कोट पूरे घर के चैनल हो चुके हैं लड़ाई वाले, चार कोट सारे लाने के बाद जो लोग हैगी वो भी उन्होंने घर में शेयर करते हैं कि रगड़ाई के चार कोल इन्होंने लाए आ और कड़े लाए या कि बत्ती इस्तेमाल की और उस तो बाद अगे कि रेगमाल इस्तेमाल करने हैं। अज आन के भाई होने ने सारा दोबारा किया जी काम अज का, तो यह जो कमरा सामने इधर तो कल कर गए सारे, तो यह कमरे का कम रहा बाकी यह भी कमरा जरा तकरीबन नज़दीक लाई खड़े है क्योंकि सुबह द आए हुए तड़के द आए हुए भाई होनी, तो जिदा ही कमरा कंप्लीट होंगे तो भी अपने भैन भी शेयर करते हैं। यदि सफाई किस तरह की लगी निकली है जी, दिखाया जी अज यह कमरा रहा करने वाला, ये कमरे सारे कटाई की है भाई, हम कटाई करके वेपर मारिया ये साफ सुथरा हो गया, सारा फर्श खुशक होएगा। उस तो बाद पिंसल ना लकीर लाइया जाएगियाँ जिथे जिथे होया कचरा या जिथे जिथे झरी रही हुई कि वाइट मार्बल आए तो साफ झरी नज़र आ जानी है, रुकनी नहीं हैगी। तो उस तो बाद सारा करके फिर आए किचन दे विच, ते किचन भी तैयारी हो गई किचन की भी जी, किचन की भी तैयारी हो गई है जी। अच्छा जी, उस तो बाद किचन की तैयारी होने तो बाद हम मशीन जी देखते हैं भी किधर जाती है, किचन का पानी इधर जा रहा। शबाज भाई पैप इतने लिया हजे ये लिया पैप भी तो भी छड़ दो ना पैप ये छड़ दो तो पानी छड़ दें जी, जरा पैपा के पिछले बाबा सारा पानी अगे निकल जाएगा ना तो कचरा नहीं होगा। ग्राइंडर का काम रहा होने वाला इस करके अगो सीमट उच्चा वा, ग्राइंडर जो लगाएंगे तो सारे अगो नीवा हो जाएगा तो अच्छे तरीके पानी चले जाता अगे कि पैप के कचरा वगैरह है सारा बाहर निकल जाएगा। तेल कर दें पानी, बाकी जी मशीन का हम हिसाब लाने
ਵੀ ਅੱਗੇ ਮਸ਼ੀਨ ਕਿਸ ਤਰ੍ਹਾਂ ਲਿਜਾਣੀ ਹੈ, ਕਿਉਂਕਿ ਇੱਧਰੋਂ ਤਾਂ ਮਸ਼ੀਨ ਦਾ ਕੰਮ ਫਿਲਹਾਲ ਹੋ ਗਿਆ ਫਾਈਨਲ। ਵੀਰੇ ਸਵਾਰ ਕੇ ਸਾਰੇ ਵੈਪਰ ਮਾਰਦੇ ਫਰਸ਼ ਦੇ ਉੱਤੇ, ਹੈਂ ਹੈਂ ਨਜ਼ਰ ਤੇ ਉਹ ਫਿਰ ਬਸ ਸੁੱਕੇਗਾ, ਫਰਸ਼ ਖੁਸ਼ਕ ਹੋਏਗਾ ਤਾਂ ਪਤਾ ਲੱਗੇਗਾ ਨਾ। ਮੈਂ ਗੱਲ ਕਰਦਾ ਹੁਣ ਸਵਾਰ ਕੇ ਵੈਪਰ ਮਾਰਦੇ ਸਾਰੇ ਪਿੱਛੇ ਫਰਸ਼ ਦੇ ਉੱਪਰ ਨਾ, ਕਿ ਸਾਰਾ ਜਿਹੜਾ ਵਾ ਪਾਣੀ ਇੱਕ ਦਫਾ ਨਿਕਲ ਜਾਵੇ ਅਤੇ ਮੈਂ ਬਾਅਦ ਜਾ ਕੇ ਦੇਖਦਾ। ਔਰ ਮਸ਼ੀਨ ਹੁਣ ਇੱਥੋਂ ਉਤਾਰਨੀ ਆ ਥੱਲੇ, ਅਤੇ ਇੱਥੋਂ ਕੱਚੇ ਦੇ ਵਿੱਚ ਇੰਨੀ ਵਜ਼ਨੀ ਮਸ਼ੀਨ ਕਿਸ ਤਰ੍ਹਾਂ ਲੈ ਕੇ ਇੱਧਰ ਆਉਂਦੇ ਹਾਂ, ਇਹ ਵੀ ਕਿਹਦਾ ਹਿਸਾਬ ਕਿਤਾਬ ਲਾਉਂਦੇ ਹਾਂ ਜੀ। ਪੈਪ ਪਾਣੀ ਥੋੜ੍ਹਾ ਤੇਜ਼ ਕਰਦਾ ਤਾਂ ਕਿ ਉੱਧਰੋਂ ਪੈਪਾਂ ਦੇ ਵਿੱਚੋਂ ਹਰ ਚੀਜ਼ ਜਿਹੜੀ ਆ ਇਹਦਾ ਰਗੜਾਈ ਦਾ ਜਿਹੜਾ ਗਿੱਬ ਹੈਗੀ ਆ ਸਾਰੀ ਨਿਕਲ ਕੇ ਬਾਹਰ ਆ ਜਾਵੇ। ਉੱਧਰ ਕਿਚਨ ਦੇ ਵਿੱਚੋਂ ਦੀ ਆ ਰਹੀ ਹੈ, ਪਾਣੀ ਸਾਫ਼ ਹੋ ਹੀ ਗਿਆ ਜੀ। ਇੱਧਰੋਂ ਪਾਣੀ ਆ ਰਿਹਾ ਦੂਸਰਾ, ਅਤੇ ਉੱਧਰੋਂ ਪਾਣੀ ਆ ਰਿਹਾ ਉਹ ਕਿਚਨ ਵਾਲਾ, ਸਾਫ਼ ਹੋ ਗਿਆ ਪਾਣੀ। ਬਸ ਹੁਣ ਬੰਦ ਕਰਦੇ ਹਾਂ, ਬੰਦ ਕਰਕੇ ਤਾਂ ਫਿਰ ਅਲੱਗ ਖੈਰ ਕਰੇ ਇੱਥੋਂ ਲੈ ਕੇ ਆਉਂਦੇ ਹੁਣ ਬੈਰਿਕ ਦੇ ਵਿੱਚ। ਸਾਫ਼ ਹੋ ਗਿਆ ਬਿਲਕੁਲ ਪਾਣੀ, ਬਸ ਇਹੀ ਹੁੰਦਾ ਕਿ ਪਾਣੀ ਸਾਫ਼ ਹੋ ਜਾਵੇ ਇੱਕ ਦਫਾ ਚੱਲ ਕੇ ਤਾਂ ਕਿ ਗਿੱਬ ਜਿਹੜੀ ਹੈ ਪੈਪਾਂ ਦੇ ਵਿੱਚ ਨਾ ਫਸੇ। ਇੱਧਰ ਮਾਸ਼ਾਅੱਲਾ ਸਾਰਾ ਕੰਮ ਸਾਡਾ ਹੋ ਗਿਆ ਫਾਈਨਲ, ਅਤੇ ਯਾਨੀ ਕਿ ਜਿਹੜੇ ਮੇਨ ਕੰਮ ਸੀ ਉਹ ਫਾਈਨਲ ਹੋ ਗਿਆ। ਬਸ ਹੁਣ ਰਹਿ ਗਿਆ ਚਮਕ ਵਾਲਾ ਕੰਮ, ਸਾਰਾ ਕੰਮ ਚਮਕ ਵਾਲਾ ਹੋਣਾ। ਜਿਸ ਟਾਈਮ ਅਗਲੀਆਂ ਜਿਹੜੇ ਰੇਗਮਾਲ ਆ ਉਹ ਪੁਰਾਣੇ ਆ। ਏਸ਼ਬਾਸ ਭਾਈ ਰੇਗਮਾਲ ਲੱਗ ਕਿਹੜੇ ਕਿਹੜੇ ਗਏ ਆ, ਯਾਨੀ ਕਟਾਈ ਵੱਡੀਆਂ ਕਿਹੜੀਆਂ ਕਿਹੜੀਆਂ ਇਸਤੇਮਾਲ ਹੋ ਚੁੱਕੀਆਂ? ਸਹੀ ਹੈ, ਸਹੀ ਹੈ, ਸਹੀ ਹੈ। ਅਤੇ ਹੁਣ ਅੱਗੇ ਕਿਹੜੇ ਕਿਹੜੇ ਹੋਣੇ ਆ? ਸਹੀ ਗਲੈਕਸੀ, ਸਹੀ ਹੈ। ਨਹੀਂ ਨਹੀਂ ਉਹ ਘਿਓ ਨਹੀਂ ਲਵਾਉਣਾ, ਸਿਰਫ ਯੈਲੋ ਪਾਲਿਸ਼ ਲਵਾਉਣੀ ਹੈ, ਯੈਲੋ ਲਾਉਣੀ ਹੈ। ਯੈਲੋ ਵੱਟੀ ਹੈ ਜੀ, ਉਹ ਘਿਓ ਨਹੀਂ ਗਾ, ਉਹ ਯੈਲੋ ਵੀ ਇਹ ਕੈਮੀਕਲ ਆ ਵੱਟੀ ਆ, ਉਹ ਜਿਹੜੀ ਉਹ ਵੱਟੀ ਬਰੀਕ ਬਰੀਕ ਕਰਕੇ ਅਤੇ ਥੱਲੇ ਫੋਮ ਦੇ ਥੱਲੇ ਰੱਖ ਕੇ ਅਤੇ ਉਹਨਾਂ ਮਸ਼ੀਨ ਫੇਰਦੇ ਆ, ਉਹਨਾਂ ਜਿਹੜੀ ਚਮਕ ਆ ਇਹ ਬਰਕਰਾਰ ਰਹਿੰਦੀ ਆ। ਮਸ਼ੀਨ ਫੱਟੇ ਦੇ ਉੱਪਰ ਚੜਾ ਰਹੀ ਆ ਜੀ, ਅਤੇ ਉਹਨੂੰ ਲੈ ਕੇ ਜਾਂਦੇ ਅੱਗੇ। ਚਲੋ ਵਿਸ਼ਵਾਸ ਭਾਈ ਕਹਿੰਦਾ ਤੂੰ ਬਣਾ ਵੀਡੀਓ ਅਤੇ ਮੈਂ ਮਸ਼ੀਨ ਅੱਗੇ ਲੈ ਕੇ ਜਾਂਦਾ। ਫਟੇ ਲਾ ਦਿੱਤੇ ਆ, ਫਟਿਆਂ ਦੇ ਉੱਪਰ ਉੱਥੇ ਦੇ ਕੇ ਲੈ ਜਾਂਦੇ, ਉਸ ਤੋਂ ਬਾਅਦ ਫਿਰ ਅੱਗੇ ਫਟਿਆਂ ਦੇ ਉੱਪਰ ਲੈ ਜਾਵਾਂਗੇ। ਬਹਿ ਗਈ ਨਾਲ, ਇੰਨਾ ਵਜ਼ਨ ਅੱਲਾ ਦੇ ਬੰਦੇ ਇਹਦਾ। ਅੱਛਾ ਜੀ, ਮਸ਼ੀਨ ਬੈਟਰੀ ਦੇ ਵਿੱਚ ਸ਼ਿਫਟ ਕਰ ਦਿੱਤੀ ਹੈ, ਅਤੇ ਹੁਣ ਬਾਈ ਪਹਿਲੇ ਨਾ ਸ਼ਿਵਾਸ ਬਾਈ ਉਹ ਵਾਸ਼ਰ ਦੇ ਅੱਗੇ ਨਾ ਬਣੀ ਲਾ ਲਓ, ਲਾ ਲਾ ਲੈਣੀ ਮਿੱਟੀ ਲਾਓ ਜੇ ਮਰਜ਼ੀ ਲਾਓ, ਲੇਕਿਨ ਪਾਣੀ ਪਹਿਲੀ ਸਾਈਡ ਨੂੰ ਜਾਂਦੇ। ਹੁਣ ਮਸ਼ੀਨ ਕਰ ਲਈ ਬੈਟਰੀ ਦਾ ਸ਼ਿਫਟ, ਅਤੇ ਅੱਜ ਬੈਟਰੀ ਦੀ ਤਿਆਰੀ ਹੋ ਰਹੀ ਹੈ, ਅਤੇ ਬੈਟਰੀ ਦਾ ਮਾਰਬਲ ਵੀ ਜਿਹੜਾ ਕਟਾਈ ਹੁੰਦਾ ਵੀ ਆਪਣੇ ਘਰ ਵੀ ਸ਼ੇਅਰ ਕਰਦੇ ਹਾਂ ਕਿ ਬੈਟਰੀ ਦਾ ਜਿਹੜਾ ਮਾਰਬਲ ਲਾਇਆ ਸੀਗਾ ਅਤੇ ਕੈਸੀ ਲੋਕ ਕਰ, ਕਿਉਂਕਿ ਫਰੰਟ ਦੇ ਉੱਪਰ ਆ ਗਿਆ, ਪਿੱਛੇ ਚਲੋ ਕਮਰਿਆਂ ਵਿੱਚ ਹਨੇਰਾ ਵਾ ਥੋੜ੍ਹਾ ਥੋੜ੍ਹਾ ਅਤੇ ਇੰਨਾ ਮਹਿਸੂਸ ਨਹੀਂ ਹੁੰਦਾ ਹੈਗਾ। ਅੱਜ ਬਿਲਕੁਲ ਫਰੰਟ ਦੇ ਉੱਪਰ ਆ ਗਏ ਅਤੇ ਦੇਖਦੇ ਹਾਂ ਵੀ ਫਰੰਟ ਅਤੇ ਬੈਟਰੀ ਦੀ ਕਿਸ ਤਰ੍ਹਾਂ ਦੀ ਲੁੱਕ ਨਿਕਲਦੀ ਮਾਰਬਲ ਦੀ, ਸਾਹਮਣੇ ਕੁਛ ਨਾ ਕਰਦੀ। ਅੱਛਾ ਜੀ, ਇੱਧਰੋਂ ਤਾਂ ਕੰਮ ਹੋ ਗਿਆ ਸੀ ਇੱਕ ਦਫਾ ਫਾਈਨਲ, ਕਿਉਂਕਿ ਚਾਰ ਚਾਰ ਕੋਡ ਜਿਹੜੇ ਉਹ ਕੰਪਲੀਟ ਹੋ ਚੁੱਕੇ ਆ। ਅਤੇ ਇਸ ਤੋਂ ਬਾਅਦ ਮਸ਼ੀਨ ਆ ਗਈ ਹੈ ਜੀ ਇੱਧਰ, ਇਹਦੇ ਵਿੱਚ ਯਾਨੀ ਕਿ ਬੈਟਰੀ ਦੇ ਵਿੱਚ ਆ ਗਈ ਮਸ਼ੀਨ ਇਸ ਤੋਂ ਬਾਅਦ ਜੀ, ਅਤੇ ਬੈਟਰੀ ਦੀ ਵੀ ਇੱਕ ਇੱਕ ਕਟਾਈ ਹੋ ਗਈ ਹੈ।